ਰੇਹਾਨਾ ਰਿਹਾਨਾ ਰਿਹਾਨਾ ਅੱਜ ਕਿਸਾਨ ਅੰਦੋਲਨ ਦੇ ਵਿੱਚ ਪੂਰੇ ਪੰਜਾਬ ਤੇ ਹਰਿਆਣਾ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਿਹੜਾ ਨਾਮ ਚਰਚਾ ਦੇ ਵਿੱਚ ਹੈ ਉਹ ਹੈ 32 ਸਾਲ ਦੀ ਬਾਲੀਵੁੱਡ ਦੀ ਇੱਕ ਗਾਉਣ ਵਾਲੀ ਕੁੜੀ ਰਿਹਾਨਾ ਰੋਵਿੰਡ ਫੈਂਟੀ ਦਾ ਕੌਣ ਹੈ ਇਹ ਰਿਹਾਨਾ ਜਿਹਦੇ ਟਵਿੱਟਰ ਦੇ ਉੱਪਰ 101 ਮਿਲੀਅਨ ਫੋਲੋਅਰਸ ਨੇ ਜੇ ਗੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਰੀਏ ਤੇ ਨਰਿੰਦਰ ਮੋਦੀ ਦੇ ਟਵਿੱਟਰ ਦੇ ਉੱਪਰ 64 ਮਿਲੀਅਨ ਫੋਲੋਅਰਸ ਨੇ ਤੇ ਕਮਾਲ ਦੀ ਗੱਲ ਇਹ ਹੈ ਕਿ 32 ਸਾਲ ਦੀ ਇਹ ਕੁੜੀ ਰਹਿਾਨਾ ਇਹਨੂੰ ਪੂਰਾ ਸੰਸਾਰ ਜਾਣਦਾ ਹੈ ਤੇ ਇਹਦੇ ਟਵਿੱਟਰ ਦੇ ਉੱਪਰ 101 ਮਿਲੀਅਨ ਫੋਲੋਅਰਸ ਨੇ ਇਹਦਾ ਭਾਵ ਕਿ ਉਹ ਮੋਦੀ ਤੋਂ ਕਈ ਗੁਣਾ ਵੱਧ ਸੰਸਾਰ ਦੇ ਵਿੱਚ ਜਾਣੀ ਪਛਾਣੀ ਤੇ ਪ੍ਰਸਿੱਧੀ ਰੱਖਦੀ ਤੇ ਜਦੋਂ 32 ਕੁ ਸਾਲ ਦੀ ਇਸ ਰਹਿਾਨਾ ਨਾਮ ਦੀ ਨੌਜਵਾਨ ਕੁੜੀ ਨੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਮਾਰਿਆ ਤੇ ਚਾਰੇ ਪਾਸੇ ਰਹਿਾਨਾ ਰਹਿਾਨਾ ਹੋ ਗਈ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਗਲੀਆਂ ਤੋਂ ਲੈ ਕੇ ਮੁਹੱਲਿਆਂ ਤੱਕ ਹਰ ਇੱਕ ਜ਼ੁਬਾਨ ਦੇ ਉੱਪਰ ਕੇਵਲ ਰਹਿਾਨਾ ਦਾ ਨਾਮ ਆ ਰਿਹਾ ਆਓ ਦੋਸਤੋ ਜਾਣਦੇ ਹਾਂ ਕਿਸਾਨ ਅੰਦੋਲਨ ਕਿਸਾਨਾਂ ਦੇ ਹੱਕ ਵਿੱਚ ਨਾਰਾ ਮਾਰ ਕੇ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਇਸ ਕੁੜੀ ਦਾ ਬਚਪਨ ਇਸ ਕੁੜੀ ਦੇ ਸੰਪੂਰਨ ਜੀਵਨ ਦੇ ਉੱਤੇ ਅੱਜ ਆਪਾਂ ਪੰਛੀ ਚਾਤ ਮਾਰਾਂਗੇ ਤੁਸੀਂ ਦੇਖ ਰਹੇ ਹੋ ਨਵੋਦਿਆ ਟੀਵੀ ਤੇ ਮੈਂ ਆ ਤੁਹਾਡਾ ਆਪਣਾ ਸੁਖਵੀਰ ਸਿੰਘ ਚੈਨਾ ਜਦੋਂ ਗੱਲ ਰਹਿਾਨਾ ਦੀ ਕਰਦੇ ਹਾਂ ਤੇ ਰਹਿਾਨਾ ਦਾ ਪੂਰਾ ਨਾਮ ਹੈ ਰਹਿਾਨਾ ਰੋਬਨ ਫੈਂਟੀ ਰਹਿਾਨਾ ਦਾ ਜਨਮ 20 ਫਰਵਰੀ 1988 ਨੂੰ ਬਾਰਬਾਡੋਸ ਦੇ ਵਿੱਚ ਹੋਇਆ ਪਿਤਾ ਦਾ ਨਾਮ ਰੋਨਾਲਡ ਫੈਂਟੀ ਤੇ ਮਾਤਾ ਦਾ ਨਾਮ ਹੈ ਮੋਨਕਾ ਫੈਂਟੀ ਰਹਿਾਨਾ ਦੇ ਪਿਤਾ ਇੱਕ ਸੁਪਰਵਾਈਜ਼ਰ ਨੇ ਤੇ ਉਹਨਾਂ ਦੀ ਮਾਂ ਰਿਟਾਇਰਡ ਅਕਾਊਟੈਂਟ ਹੈ ਰਹਿਾਨਾ ਦੇ ਬਚਪਨ ਦੀ ਗੱਲ ਕਰੀਏ ਤੇ ਉਹਦਾ ਬਚਪਨ ਬੜੀਆਂ ਮਸੀਬਤਾਂ ਦੇ ਵਿੱਚ ਬੜੀ ਗਰੀਬੀ ਦੇ ਵਿੱਚ ਬਤੀਤ ਹੋਇਆ ਪਿਤਾ ਨੂੰ ਭਾਰੀ ਨਸ਼ੀ ਦੀ ਕੋਕੀਨ ਦੀ ਸ਼ਰਾਬ ਦੀ ਆਦਤ ਸੀ ਮਾਤਾ ਤੇ ਪਿਤਾ ਹਮੇਸ਼ਾ ਆਪਸ ਵਿੱਚ ਝਗੜਦੇ ਰਹਿੰਦੇ ਸਨ ਜਦੋਂ ਰਹਿਾਨਾ 14 ਸਾਲ ਦੀ ਹੋਈ ਉਹਦੇ ਮਾਤਾ ਤੇ ਪਿਤਾ ਦਾ ਤਲਾਕ ਹੋ ਗਿਆ ਰਹਿਾਨਾ ਨੂੰ 24 ਘੰਟੇ ਸਿਰਦਰਦ ਦੀ ਬਿਮਾਰੀ ਸੀ ਜਿਸ ਕਰਕੇ ਉਹ ਕੋਈ ਵੀ ਕੰਮ ਨਹੀਂ ਸੀ ਕਰ ਸਕਦੀ ਤੇ ਇਹ ਗੱਲ ਉਹ ਆਪਣੇ ਦੋਸਤਾਂ ਤੋਂ ਛੁਪਾ ਕੇ ਰੱਖਦੀ ਸੀ ਜਦੋਂ ਰਹਿਾਨਾ 15 ਸਾਲ ਦੀ ਹੋਈ ਤਾਂ ਉਹਨੇ ਆਪਣੇ ਦੁੱਖਾਂ ਤੋਂ ਆਪਣੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਗਾਉਣਾ ਸ਼ੁਰੂ ਕਰ ਦਿੱਤਾ ਫਿਰ ਦੋ ਦੋਸਤਾਂ ਨਾਲ ਮਿਲ ਕੇ ਉਹਨੇ ਇੱਕ ਗਰੁੱਪ ਬਣਾ ਲਿਆ ਉਸਨੇ ਇੱਕ 뮤ਜ਼ਿਕ ਨਿਰਮਾਤਾ ਇਵਨ ਰੋਜ਼ਨ ਨੂੰ ਐਡੀਸ਼ਨ ਦਿੱਤਾ ਬਾਅਦ ਵਿੱਚ ਇਵਨ ਰੋਜ਼ਰ ਨੇ ਦੱਸਿਆ ਕਿ ਰਹਿਾਨਾ ਇੰਨਾ ਸੋਹਣਾ ਗਾਉਂਦੀ ਸੀ ਜਦੋਂ ਰਹਿਾਨਾ ਮੇਰੇ ਸਾਹਮਣੇ ਗਾ ਰਹੀ ਸੀ ਮੈਨੂੰ ਇੰਜ ਲੱਗਿਆ ਬਾਕੀ ਦੀਆਂ ਦੋਵੇਂ ਕੁੜੀਆਂ ਗੁੰਮ ਹੋ ਗਈਆਂ ਹੋਣ ਹੁਣ ਰਹਿਾਨਾ ਰੋਜ਼ਰ ਤੇ ਉਸਦੀ ਪਤਨੀ ਦੇ ਨਾਲ ਹੀ ਰਹਿਣ ਲੱਗ ਪਈ ਉਸਨੇ ਆਪਣਾ ਡੈਮੋ ਐਲਬਮ ਰਿਕਾਰਡ ਕੀਤਾ 2005 ਚੜ੍ਹਿਆ ਰੋਜ਼ਰ ਨੇ ਰਹਿਾਨਾ ਨੂੰ ਇੱਕ ਅਜੇਹਾ ਮੌਕਾ ਦਿੱਤਾ ਜਿਸ ਮੌਕੇ ਲਈ ਵੱਡੇ ਵੱਡੇ ਸਟਾਰ ਗਾਇਕ ਤਰਸਦੇ ਨੇ ਰੋਜ਼ਰ ਨੇ ਖੁਦ rapper JJ ਦੇ ਸਾਹਮਣੇ ਰਹਿਾਨਾ ਨੂੰ ਗਾਣਾ ਗਾਉਣ ਦਾ ਮੌਕਾ ਦਿੱਤਾ ਇਹ ਰਹਿਾਨਾ ਲਈ ਖੁਦ ਨੂੰ ਸਾਬਤ ਕਰਨ ਦਾ ਸਭ ਤੋਂ ਵੱਡਾ ਮੌਕਾ ਸੀ ਇਹ ਐਡੀਸ਼ਨ ਐਡੀਸਨ ਡੈਫ ਜੈਮ ਰਿਕਾਰਡਸ ਦੇ ਲਈ ਸੀ ਅਤੇ JJ ਇਸ ਦੇ ਨਵੇਂ ਮਾਲਕ ਸਨ ਰਹਿਾਨਾ ਨੇ ਬਾਅਦ ਵਿੱਚ ਦੱਸਿਆ ਕਿ ਉਹ JJ ਦੇ ਸਾਹਮਣੇ ਕੰਬ ਰਹੀ ਸੀ ਪਰ ਉਸ ਨੇ ਗਾਣਾ ਪੂਰੇ ਵਿਸ਼ਵਾਸ ਤੇ ਡਰ ਰਹਿਤ ਹੋ ਕੇ ਗਾਇਆ ਤੇ JJ ਨੇ ਉਹ ਰਹਿਾਨਾ ਨੂੰ ਸੈਨ ਕਰ ਲਿਆ ਅਗਸਤ 2005 ਚੜ੍ਹਦਾ ਰਹਿਾਨਾ ਦਾ ਪਹਿਲਾ ਗਾਣਾ ਪੌਨ ਦੀ ਰੀਪਲੇ ਰਿਲੀਜ਼ ਕੀਤਾ ਗਿਆ ਜੋ ਬੈਲ ਬੋਰਡ ਰੈਂਕਿੰਗ ਦੇ ਵਿੱਚ ਦੂਜੇ ਨੰਬਰ ਤੇ ਪਹੁੰਚਿਆ ਤੇਰੇ ਹਾਨਾ ਦੀ ਐਲਬਮ 뮤직 ਆਫ தி ਸਨ ਨੰਬਰ 10 ਤੇ ਪਹੁੰਚੀ ਅਗਲੇ ਸਾਲ ਇਹ ਗਰਲ ਲਾਈਕ ਮੀ 2007 ਵਿੱਚ ਗੁੱਡ ਗਰਲ ਗੌਨ ਬੈਟ ਐਲ ਬੰਬਰ ਰੀਲਿਜ਼ ਕੀਤੀ ਗਈ ਉਸ ਅੰਦਰ ਜੇਜੀ ਦੇ ਨਾਲ ਗਾਉਣ ਦਾ ਮੌਕਾ ਵੀ ਮਿਲਿਆ ਅੰਬਰੀਲਾ ਗੀਤ ਸੁਪਰ ਡੁੱਪਰ ਹਿੱਟ ਹੋਇਆ ਤੇ ਇਸ ਤੋਂ ਬਾਅਦ ਰਹਿਾਨਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਉਹ ਵਿਸ਼ਵ ਭਰ ਦੇ ਸੰਗੀਤ ਪ੍ਰੇਮੀਆਂ ਦੀ ਚਹੇਤੀ ਬਣ ਗਈ ਅੱਜ ਟਵਿੱਟਰ ਤੇ ਰਹਿਾਨਾ ਦੇ 100 ਮਿਲੀਅਨਸ ਫੋਲੋਅਰਸ ਨੇ ਅੱਜ ਰਿਹਾਨਾ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ ਸਿੰਗਰਾਂ ਵਿੱਚੋਂ ਇੱਕ ਹੈ ਜੇ ਗੱਲ ਅਵਾਰਡ ਦੀ ਕਰੀਏ ਤਾਂ ਰਿਹਾਨਾ ਦੇ ਨਾਮ 9 ਗ੍ਰੈਮੀ ਅਵਾਰਡ 13 ਅਮਰੀਕੀ 뮤ਜ਼ਿਕ ਅਵਾਰਡ 12 ਬਿਲਬੋਰਡ 뮤ਜ਼ਿਕ ਅਵਾਰਡ ਤੇ 6 ਗਨੀਜ਼ ਬੁੱਕ वर्ल्ड ਰਿਕਾਰਡ ਵੀ ਬੋਲਦੇ ਨੇ ਰਹਿਾਨਾ ਦੀ ਕੁੱਲ ਸੰਪਤੀ ਦੀ ਗੱਲ ਕਰੀਏ ਤੇ ਅੱਜ ਉਹ 600 ਮਿਲੀਅਨ ਡਾਲਰ ਦੀ ਮਾਲਕ ਹੈ ਜੋ ਇੰਡੀਆ ਦੀ ਕਰੰਸੀ ਦੇ ਅਨੁਸਾਰ 4400 ਕਰੋੜ ਰੁਪਏ ਬਣਦੇ ਨੇ ਰਹਿਾਨਾ ਦਾ ਆਪਣਾ ਇੱਕ ਫੈਸ਼ਨ ਬ੍ਰਾਂਡ ਹੈ ਜਿਸ ਦਾ ਨਾਮ ਹੈ ਪੈਂਟੀ ਰਹਿਾਨਾ ਲੋਕਾਂ ਦੀ ਭਲਾਈ ਸਮਾਜ ਸੇਵਾ ਦਿੱਕਮ ਬੜੇ ਚਾਹ ਤੇ ਪਿਆਰ ਨਾਲ ਕਰਦੀ ਹੈ ਰਹਿਾਨਾ ਇੱਕ ਸਵੇਦਨਸ਼ੀਲ ਸ਼ਖਸੀਅਤ ਦੀ ਮਾਲਕ ਹੈ ਉਹ ਇੱਕ ਰਹਿਮਦਿਲ ਇਨਸਾਨ ਹੈ ਜਦੋਂ ਕਰੋਨਾ ਦੀ ਮਹਾਮਾਰੀ ਆਈ ਤੇ ਰਹਿਾਨਾ ਨੇ 36 ਕਰੋੜ ਰੁਪਏ ਦਾਨ ਕੀਤੇ ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਲਈ 21 ਲੱਖ ਡਾਲਰ ਦਾਨ ਕੀਤੇ ਤੇ ਹੁਣ ਦਿੱਲੀ ਚ ਚੱਲ ਰਹੇ ਭਰਨੇ ਤੇ ਬੈਠੇ ਕਿਸਾਨਾਂ ਦੇ ਲਈ ਹੱਕ ਦੇ ਨਾਰੇ ਵਿੱਚ ਆਵਾਜ਼ بلند ਕਰਕੇ ਉਹਨੇ ਚਾਰੇ ਪਾਸੇ ਤੇਲ ਕਮਚਾ ਦਿੱਤਾ ਇਸ ਤੋਂ ਬਾਅਦ ਹੋਰ ਵੀ ਅੰਤਰਰਾਸ਼ਟਰੀ ਖਿਡਾਰੀਆਂ ਤੇ ਸਟਾਰਸ ਦੇ ਟਵੀਟਰ ਲਗਾਤਾਰ ਵੱਧ ਰਹੇ ਨੇ ਭਾਵੇਂ ਕਿ ਭਾਰਤ ਸਰਕਾਰ ਨੇ ਰਿਹਾਨਾ ਦੇ ਕਾਰਨ ਆਏ ਇਸ ਤੂਫਾਨ ਨੂੰ ਰੋਕਣ ਦੇ ਲਈ ਕਈ ਵੱਡੇ ਬਾਲੀਵੁੱਡ ਐਕਟਰਾਂ ਦੀ ਮਦਦ ਲਈ ਵੱਡੇ ਖਿਡਾਰੀਆਂ ਦੀ ਮਦਦ ਲਈ ਪਰ ਰਿਹਾਨਾ ਦੇ ਵਿਰੋਧ ਵਿੱਚ ਟਵੀਟ ਕਰਦੇ ਨਜ਼ਰ ਆਉਣ ਵਾਲੇ ਇਹ ਹਿੰਦੀ ਫਿਲਮੀ ਕਲਾਕਾਰ ਇੰਜ ਲੱਗ ਰਿਹਾ ਸੀ ਜਿਵੇਂ ਸੂਰਜ ਦੇ ਉੱਪਰ ਥੁੱਕਣ ਦਾ ਯਤਨ ਕੀਤਾ ਜਾ ਰਿਹਾ ਹੋਵੇ ਪ੍ਰਸਿੱਧੀ ਦੇ ਮੁਕਾਬਲੇ ਵਿੱਚ ਰਹਿਾਨਾ ਦਾ ਮੁਕਾਬਲਾ ਕੋਈ ਵੀ ਭਾਰਤੀ ਹਿੰਦੀ ਐਕਟਰ ਨਹੀਂ ਕਰ ਸਕਦਾ ਤੇ ਦੋਸਤੋ ਜਦੋਂ ਰਹਿਾਨਾ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਤੇ ਉਹ ਸਾਰੇ ਪੰਜਾਬੀਆਂ ਦੀ ਸਾਰੇ ਕਿਸਾਨਾਂ ਦੀ ਸਾਰੇ ਕਿਸਾਨਾਂ ਦੇ ਨਾਲ ਖੜੇ ਹੋਏ ਇਨਸਾਨਾਂ ਦੀ ਚਿਹਤੀ ਬਣ ਗਈ ਨਵੋਧਿਆ ਟੀਵੀ ਰਹਿਾਨਾ ਦੇ ਆਉਣ ਵਾਲੇ ਸੋਹਣੇ ਸਮੇਂ ਦੀ ਅਰਦਾਸ ਕਰਦਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਰਹਿਾਨਾ ਦੇ ਵਾਂਗ ਹੀ ਕਿਸਾਨਾਂ ਦਾ ਦਰਦ ਰੱਖਣ ਵਾਲੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਹੋਰ ਵੀ ਪ੍ਰਸਿੱਧ ਇਨਸਾਨ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਜ਼ਰੂਰ ਕਰਨਗੇ ਧੰਨਵਾਦ